ਤਵਾਦੀ ਹਮਲਾ ਹੋਇਆ ਤੇ ਪੰਜਾਬੀ ਦੇ ਸਣੇ ਕਈ ਲੋਕਾਂ ਦੀ ਜੋੜੀ ਮੌਤ ਹੋ ਗਈਆ ਤਾਂ ਵੱਡਾ ਅਤਵਾਦੀ ਹਮਲਾ ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਵਿੱਚ ਹੋਇਆ ਅਤਵਾਦੀ ਹਮਲੇ ਦੇ ਵਿੱਚ ਕਈ ਲੋਕ ਜਿਹੜੇ ਨੇ ਮਾਰੇ ਗਏ ਨੇ ਤਾਂ ਵੱਡੀ ਖਬਰ ਹੈ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਹੋਇਆ ਅਤੇ ਕਈ ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਵੀ ਸ਼ਾਮਲ ਹੈ ਤਾਂ ਇੱਕ ਸੁਰੰਗ ਉਸਾਰੀ ਦਾ ਕੰਮ ਚੌੜਾਸੀ ਜ਼ਿਲ੍ਹੇ ਦੇ ਗੁੰਡੇ ਇਲਾਕੇ ਦੇ ਵਿੱਚ ਸੁਰੰਗ ਦੀ ਉਸਾਰੀ ਤੇ ਕੰਮ ਕਰ ਰਹੀ ਇੱਕ ਨਿੱਜੀ ਕੰਪਨੀ ਦੇ ਕੈਂਪ ਦੇ ਵਿੱਚ ਮਜ਼ਦੂਰਾ ਤੇ ਤਾਪੜ ਤੋੜ ਗੋਲੀਬਾਰੀ ਕੀਤੀ ਗਈ ਗੋਲੀਬਾਰੀ ਕੀਤੀ ਗਈ ਜਿਸ ਤੋਂ ਬਾਅਦ ਕਈ ਮਜ਼ਦੂਰਾ ਦੀ ਜਿਹੜੀ ਹੈ ਮੌਤ ਹੋ ਗਈ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਵੀ ਸ਼ਾਮਲ ਹੈ ਤਾਂ ਵੱਡੀ ਖਬਰ ਤੁਹਾਨੂੰ ਅੱਜ ਸਾਂਝੀ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਹੈ ਗਾਂਦਰਬਲ ਜ਼ਿਲ੍ਹੇ ਦੇ ਵਿੱਚ ਅਤਵਾਦੀ ਹਮਲਾ ਹੋਇਆ ਹੈ ਅਤਵਾਦੀਆਂ ਨੇ ਡਾਕਟਰ ਦੇ ਸੰੇ ਸੱਤ ਲੋਕਾਂ ਦੀ ਜਿਹੜੀ ਹੈ ਉਹ ਹੱਤਿਆ ਕਰ ਦਿੱਤੀ ਹੈ ਤਾਂ ਸਵਾਸ ਵੀਰੇ ਇਸ ਹਮਲੇ ਦੀ ਜ਼ਿੰਮੇਵਾਰੀ ਜਿਹੜੀ ਹੈ ਪਾਕਿਸਤਾਨ ਦੇ ਲਸ਼ਕਰੇ ਤੋਇਬਾ ਦੇ ਸੰਗਠਨ ਟੀਆਰਐਫ ਨੇ ਲਈ ਹੈ ਟੀਆਰਐਫ ਨੇ ਇਸ ਪੂਰੇ ਹਮਲੇ ਦੀ ਜਿਹੜੀ ਹੈ ਜ਼ਿੰਮੇਵਾਰੀ ਲਈ ਹੈ ਟੀਆਰਐਫ ਚੀਫ ਸ਼ੇਖ ਸੱਜਾਦ ਗੁਲਿਸ ਹਮਲੇ ਦਾ ਮਾਸਟਰਮਾਈਂਡ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਤਾਂ ਵੱਡੀ ਖਬਰ ਆਤਵਾਦੀ ਹਮਲਾ ਜਿਹੜਾ ਹੈ ਉਹ ਹੋਇਆ ਜੰਮੂ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਪੂਰੀ ਵੱਡੀ ਵਾਰਦਾਤ ਹੋਈ ਹੈ ਇੱਕ ਸੁਰੰਗ ਦੀ ਉਸਾਰੀ ਦਾ ਕੰਮ ਚੜਿਆ ਸੀ ਤਾ ਉਸਾਰੀ ਦੇ ਕੰਮ ਦੌਰਾਨ ਜੋ ਕੈਂਪ ਬਣਿਆ ਹੋਇਆ ਸੀ ਮਜ਼ਦੂਰਾਂ ਦੇ ਲਈ ਤਾਂ ਉਸ ਕੈਂਪ ਤੇ ਜਿਹੜੀ ਐ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਇੱਕ ਡਾਕਟਰ ਦੇ ਸਣੇ ਸੱਤ ਮਜ਼ਦੂਰਾਂ ਦੀ ਜਿਹੜੀ ਐ ਉਹ ਮੌਤ ਹੋ ਗਈ ਹੈ ਜਿਸ ਦੇ ਵਿੱਚ ਇੱਕ ਪੰਜਾਬੀ ਵੀ ਜੜਾਗਾ ਉਹ ਸ਼ਾਮਲ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕੀਤੀ ਜਾ ਰਹੀ ਤਾਂ ਖਬਰ ਇਹ ਵੀ ਸਾਹਮਣੇ ਇੱਕ ਕਾਤਵਾਦੀ ਵੀ ਇਸ ਪੂਰੇ ਹਮਲੇ ਦੇ ਵਿੱਚ ਟੇਰ ਕਰ ਦਿੱਤਾ ਗਿਆ ਗਾਂਦਰਬਲ ਦੇ ਹਮਲੇ ਦੇ ਵਿੱਚ 50 ਕਿਲੋਮੀਟਰ ਦੂਰ ਬਾਰਾਮੂਲਾ ਦੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਕਾਤਵਾਦੀ ਨੂੰ ਵੀ ਮਾਰ ਗिराया ਉਸਤੇ ਕੋਲ ਭਾਰੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਹੋਏ ਨੇ ਇਸ ਇਲਾਕੇ ਦੇ ਵਿੱਚ ਵੀ ਸੋਮਵਾਰ ਸਵੇਰੇ ਸਰਚ ਆਪਰੇਸ਼ਨ ਜਾਰੀ ਹੈ ਤਾਂ ਇਹ ਤਸਵੀਰਤ ਉਹਨਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹਮਲੇ ਦੀਆਂ ਇਹ ਆ ਤਸਵੀਰਾਂ ਨੇ ਕਿਸ ਤਰ੍ਹਾਂ ਜੜਾਗਾ ਲੇਬਰ ਕੈਂਪ ਦੇ ਬਾਹਰ ਅਤਵਾਦੀਆਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੋਨਮਾਰਗ ਦੇ ਲੇਬਰ ਕੈਂਪ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਇਸ ਵਾਹ ਤੇ ਹਮਲਾ ਕੀਤਾ ਗਿਆ ਜਿਹੜੀਆਂ ਤਸਵੀਰਾਂ ਤੋਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਜੰਮੂ ਕਸ਼ਮੀਰ ਪੁਲਿਸ ਨੇ ਦੱਸਿਆ ਕਿ ਡਾਕਟਰ ਦੀ ਪਛਾਣ ਬੜਗਾਮ ਦੇ ਸ਼ਾਹਨਵਾਜ਼ احمد ਦੇ ਤੌਰ ਤੇ ਹੋਈ ਹੈ ਤੇ 6 ਮ੍ਰਿਤਕਾਂ ਦੇ ਵਿੱਚ ਪਛਾਣ ਜੜੀ ਹੋਈ ਹੈ ਪੰਜਾਬ ਦੇ ਗੁਰਦਾਸਪੁਰ ਦੇ ਗੁਰਮੀਤ ਸਿੰਘ ਬਹਿਰ ਦੇ ਰਹਿਣ ਵਾਲੇ ਅਨਿਲ ਕੁਮਾਰ ਸ਼ੁਕਲਾ ਅਤੇ ਫਹੀਮ ਨਜ਼ੀਰ ਕਟੂਆ ਦੇ ਰਹਿਣ ਵਾਲੇ ਸ਼ਸ਼ੀ ਅਬਰੋਲ ਬਿਹਾਰ ਦੇ ਮੁਹੰਮਦ ਹਨੀਫ ਅਤੇ ਕਲੀਮ ਦੇ ਰੂਪ ਚ ਇਸ ਜਿਹੜੀ ਆ ਪਛਾਣ ਇਹਨਾਂ ਮ੍ਰਿਤਕਾਂ ਦੀ ਹੋਈ ਹੈ ਸਾਰੇ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਪ੍ਰੋਜੈਕਟ ਲਿਆਂਦਾ ਗਿਆ ਸੀਗਾ ਉਸ சுரੰਗ ਪ੍ਰੋਜੈਕਟ ਦੇ ਉੱਪਰ ਹੀ ਜਿਹੜੇ ਨੇ ਕੰਮ ਕਰ ਰਹੇ ਸੀ ਤਾਂ ਇਸੇ ਦੌਰਾਨ ਇਸ ਕੈਂਪ ਦੇ ਉੱਪਰ ਜਿਹੜਾ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਜਿਹੜੀ ਹੈ ਸੱਤ ਮਜ਼ਦੂਰਾ ਇੱਕ ਡਾਕਟਰ ਦੇ ਸਣੇ ਸੱਤ ਮਜ਼ਦੂਰਾਂ ਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ ਤਾਂ ਵੱਡੀ ਖਬਰ ਇੱਕ ਮੰਦਭਾਗੀ ਖਬਰ ਜਿਹੜੀ ਜੰਮੂ ਕਸ਼ਮੀਰ ਦੇ ਵਿੱਚੋਂ ਸਾਹਮਣੇ ਆਈ ਹੈ ਜਿੱਥੇ ਅੱਤਵਾਦੀ ਹਮਲਾ ਹੋਇਆ ਤੇ ਸੱਤ ਜਣਿਆਂ ਦੀ ਮੌਤ ਹੋਈ ਹੈ ਇੱਕ ਡਾਕਟਰ ਤੇ ਅਜਡੇ ਦੇ ਬਾਕੀ 6 ਮਜ਼ਦੂਰ ਇਸ ਵਿੱਚ ਸ਼ਾਮਲ ਨੇ ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਵੀ ਜੜਾਗਾ ਸ਼ਾਮਲ ਹੈ